ਸਾਡੀ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਬਾਕਮਾਲ ਸਿੰਗਰ ਤੇ ਲਿਰਿਸਿਸਟ ਨੇ ਜਿਨ੍ਹਾਂ ਦੇ ਗਾਣਿਆਂ ਨੂੰ ਲੈ ਕੇ ਹਰ ਵਾਰ ਉਹਨਾਂ ਦੇ ਫੈਨਸ ਦੀ ਐਕਸਾਈਟਮੈਂਟ ਬਣੀ ਰਹਿੰਦੀ ਹੈ। ਜੀ ਮੈਂ ਗੱਲ ਕਰ ਰਹੀ ਹਾਂ ਪ੍ਰੀਤ ਹਰਪਾਲ ਦੀ, ਜੋ ਕਿ ਬਾਕਮਾਲ ਸਿੰਗਰ ਵੀ ਨੇ ਤੇ ਨਾਲ ਦੇ ਨਾਲ ਲਿਰਿਸਿਸਟ ਵੀ ਨੇ। ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਈ ਆਪਣੇ ਹਿੱਟ ਗਾਣੇ ਦੇ ਨਾਲ ਸਾਨੂੰ ਹਮੇਸ਼ਾ ਇੰਥਰੋਲ ਕੀਤਾ, ਜਿਨ੍ਹਾਂ ਦੇ ਵਿੱਚ ਅਸੀਂ ਨਾਮ ਸ਼ਾਮਿਲ ਕਰਦੇ ਹਾਂ 68, ਸਾਥ, ਬਲੈਕ ਸੂਟ, ਲੋ ਤੇ ਪੱਗ ਵਾਲੀ ਸੈਲਫੀ। ਤੇ ਇਸਦੇ ਨਾਲ ਹੀ ਹਾਲ ਹੀ ਦੇ ਵਿੱਚ ਉਹਨਾਂ ਦਾ ਸੌਂਗ ਰਿਲੀਜ਼ ਕੀਤਾ ਗਿਆ ਹੈ ਫ੍ਰੈਗਰੈਂਸ। ਫ੍ਰੈਗਰੈਂਸ ਸੌਂਗ ਦੀ ਅਨਾਊਂਸਮੈਂਟ ਤੋਂ ਬਾਅਦ ਉਹਨਾਂ ਨੇ ਕਾਫੀ ਚਿਰ ਵੇਟ ਕਰਵਾਈ ਆਪਣੇ ਫੈਨਸ ਨੂੰ ਤੇ ਫਾਈਨਲੀ ਇਹ ਗਾਣਾ ਹੋ ਚੁੱਕਾ ਹੁਣ ਰਿਲੀਜ਼, ਜਿਸਨੂੰ ਲੋਕ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ। ਵਧੀਆ ਰਿਸਪੌਂਸ ਆ ਰਿਹਾ ਇਸ ਗਾਣੇ ਨੂੰ ਤੇ ਉਹਦੇ ਹੁਣ ਪ੍ਰੀਤ ਹਰਪਾਲ ਤਿਆਰੀ ਕਰ ਰਹੇ ਨੇ ਆਪਣੇ ਇੱਕ ਨਵੇਂ ਗਾਣੇ ਦੀ, ਜਿਸਦੇ ਬਾਰੇ ਹਿੰਟ ਦਿੱਤਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਇੱਕ ਇੰਸਟਾਗ੍ਰਾਮ ਹੈਂਡਲ ਦੀ ਪੋਸਟ ਦੇ ਵਿੱਚ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਸੀ ਨਿਊ ਸਿੰਗਲ ਕਮਿੰਗ ਸੂਨ। ਉੱਥੇ ਇਸ ਫੋਟੋ ਨੂੰ ਸ਼ੇਅਰ ਕਰਦੇ ਉਹਨਾਂ ਨੇ ਲਿਖਿਆ, ਵਕਤ ਕੇ ਸਾਥ ਆਦਤੇ ਬਦਲੀ ਹੈ ਹਮਨੇ, ਵਰਨਾ ਬੁਰੇ ਹਮ ਕੱਲ ਵੀ ਨਹੀਂ ਥੇ ਔਰ ਅੱਛੇ ਹਮ ਆਜ ਵੀ ਨਹੀਂ ਹੈ। ਪੋਜ਼ਿਟਿਵ ਐਟੀਟਿਊਡ, ਹੈਸ਼ਟੈਗ ਫ੍ਰੈਗਰੈਂਸ, ਨੈਕਸਟ ਸਿੰਗਲ ਸੂਨ। ਸ਼ੇਅਰ ਕਰਦੇ ਹੋਏ ਪ੍ਰੀਤ ਹਰਪਾਲ ਨੇ ਲਿਖਿਆ ਹੈ, ਟਾਣੀ ਤੋਂ ਟੁੱਟ ਕੇ ਡਿੱਗ ਜਾਈਏ ਉਹ ਪੱਤੇ ਨਹੀਂ, ਚੱਕੜ ਨੂੰ ਕਹਿ ਦੋ ਔਕਾਤ ਵਿੱਚ ਰਹੇ। ਸੋ ਇਹਨਾਂ ਸਾਰੀ ਪੋਸਟ ਦੇ ਵਿੱਚ ਜਿੱਥੇ ਪ੍ਰੀਤ ਹਰਪਾਲ ਨੇ ਇਹ ਹਿੰਟ ਦਿੱਤਾ ਕਿ ਉਹ ਆਪਣਾ ਨੈਕਸਟ ਸਿੰਗਲ ਟਰੈਕ ਲੈ ਕੇ ਆ ਰਹੇ ਨੇ, ਉੱਥੇ ਆਪਣੀ ਰੀਸੈਂਟ ਪੋਸਟ ਦੇ ਵਿੱਚ ਉਹਨਾਂ ਨੇ ਇਹ ਮੈਂਸ਼ਨ ਕਰ ਦਿੱਤਾ ਕਿ ਉਹਨਾਂ ਦੇ ਨੈਕਸਟ ਸਿੰਗਲ ਟਰੈਕ ਦਾ ਸ਼ੂਟ ਹੋ ਚੁੱਕਾ ਹੈ ਡਨ। ਸੋ ਜੀ ਉਹਨਾਂ ਨੇ ਇੱਕ ਪਿਕਚਰ ਸ਼ੇਅਰ ਕੀਤੀ ਹੈ ਸ਼ੂਟ ਤੋਂ ਅਤੇ ਨਾਲ ਦੇ ਨਾਲ ਸਾਨੂੰ ਨਜ਼ਰ ਆ ਰਹੇ ਨੇ ਉਹਨਾਂ ਦੇ ਅਪਕਮਿੰਗ ਸੌਂਗ ਦੇ ਵਿੱਚ ਨਜ਼ਰ ਆਉਣ ਵਾਲੀ ਫੀਮੇਲ ਲੀਡ। ਸੋ ਜੀ ਚੈੱਕ ਕਰਦੇ ਇਸ ਪਿਕਚਰ ਨੂੰ ਤੇ ਦੇਖਦੇ ਕੀ ਲਿਖਿਆ ਪ੍ਰੀਤ ਹਰਪਾਲ ਨੇ। ਨੈਕਸਟ ਸਿੰਗਲ ਸ਼ੂਟ ਡਨ, ਰਿਲੀਜ਼ ਡੇਟ ਅਨਾਊਂਸਮੈਂਟ ਸੂਨ, ਪ੍ਰੀਤ ਹਰਪਾਲ, ਸ਼ਿਵਾਨੀ ਸਹਾਰਨ। ਸੋ ਇਸ ਪੋਸਟ ਦੇ ਵਿੱਚ ਪ੍ਰੀਤ ਹਰਪਾਲ ਸਾਨੂੰ ਨਜ਼ਰ ਆ ਰਹੇ ਨੇ ਤੇ ਉੱਥੇ ਸਾਨੂੰ ਨਜ਼ਰ ਆ ਰਹੇ ਨੇ ਸ਼ਿਵਾਨੀ ਸਰਨ ਵੀ। ਸੋ ਆਈ ਐਮ ਸ਼ੋਰ ਕਿ ਇਸ ਗਾਣੇ ਦੇ ਵਿੱਚ ਇਹਨਾਂ ਦੋਨਾਂ ਦੀ ਕੈਮਿਸਟਰੀ ਸਾਨੂੰ ਨਜ਼ਰ ਆਉਣ ਵਾਲੀ ਹੈ, ਜਿੱਥੇ ਸ਼ਿਵਾਨੀ ਸਰਨ ਜੋ ਕਿ ਇੱਕ ਬਾਕਮਾਲ ਮਾਡਲ ਨੇ ਉਹ ਸਾਨੂੰ ਨਜ਼ਰ ਆਉਣਗੇ ਐਜ਼ ਫੀਮੇਲ ਲੀਡ। ਪਰ ਇਸਦੇ ਨਾਲ ਹੀ ਹੁਣ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਕਿੰਨੇ ਐਕਸਾਈਟਡ ਹੋ ਪ੍ਰੀਤ ਹਰਪਾਲ ਦੇ ਇਸ ਅਪਕਮਿੰਗ ਸੌਂਗ ਨੂੰ ਲੈ ਕੇ ਤੇ ਨਾਲ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਅਪਕਮਿੰਗ ਸੌਂਗ ਕਿਸ ਜਨਰ ਦਾ ਹੋਣ ਵਾਲਾ ਹੈ। ਸੋ ਸਾਨੂੰ ਆਪਣੇ ਗੈਸਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ ਤੇ ਹੋ ਜੀ ਹੋਰ ਇੰਟਰਸਟਿੰਗ ਬਾਲੀਵੁੱਡ ਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਤੇ ਬੈਲ ਆਈਕਨ ਨੂੰ ਕਲਿੱਕ ਕਰੋ। ਇਹ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।